ਦੁਆਬੇ ਦੇ 4 ਜ਼ਿਲ੍ਹਿਆਂ ਵਿੱਚ ਇੰਟਰਨੈਟ ਸੇਵਾਵਾਂ 'ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਗਈ ਸੀ। ਤਸਵੀਰਾਂ ਫਗਵਾੜਾ ਸ਼ਹਿਰ ਦੀਆਂ ਨੇ, ਜਿੱਥੇ ਪੰਜਾਬ ਪੁਲਿਸ ਸੜਕਾਂ 'ਤੇ ਫੈਲੀ ਹੋਈ ਹੈ, ਹਰ ਪਾਸੇ ਨਜ਼ਰ ਆ ਰਹੀ ਹੈ ਤਾਂ ਸਿਰਫ ਖਾਕੀ। ਮਾਹੌਲ ਨੂੰ ਸ਼ਾਂਤ ਰੱਖਣ ਲਈ, ਸ਼ਰਾਰਤੀ ਅੰਸਰਾਂ ਦੇ ਅੰਦਰ ਦਬਦਬਾ ਬਣਾਉਣ ਲਈ ਪੁਲਿਸ ਚੱਪੇ ਚੱਪੇ 'ਤੇ ਖੜ੍ਹੀ ਹੈ। ਹਰ ਆਮ ਖਾਸ 'ਤੇ ਪੁਲਿਸ ਨਜ਼ਰ ਰੱਖ ਰਹੀ ਹੈ, ਕਿਉਂਕਿ ਹਾਲਾਤ ਕੁਝ ਸੁਖਾਵੇਂ ਨਹੀਂ। ਕੋਸ਼ਿਸ਼ ਹੋ ਰਹੀ ਹੈ ਹਾਲਾਤਾਂ ਨੂੰ ਕਾਬੂ ਵਿੱਚ ਰੱਖਣ ਦੀ। ਦਰਅਸਲ ਮਾਹੌਲ ਵਿਗੜਿਆ ਸੀ ਦਲਿਤ ਭਾਈਚਾਰੇ ਦਾ ਜਨਰਲ ਕੈਟਾਗਰੀ ਨਾਲ ਖੂਨੀ ਟਕਰਾਅ ਤੋਂ, ਜਿੱਥੇ ਫਗਵਾੜਾ ਸ਼ਹਿਰ ਦੇ ਗੋਲ ਚੌਂਕ ਦਾ ਨਾਮ ਸੰਵਿਧਾਨ ਚੌਂਕ ਰੱਖਣ ਲਈ ਮਹਿਜ਼ ਇੱਕ ਫਲੈਕਸ ਲਗਾਈ ਗਈ ਸੀ, ਪਰ ਉਸੇ ਫਲੈਕਸ ਦੇ ਸਾਹਮਣੇ ਸੰਵਿਧਾਨ ਦੀਆਂ ਧੱਜੀਆਂ ਉਡਾਈਆਂ ਗਈਆਂ। ਦਲਿਤ ਸਮਾਜ ਨਾਲ ਜੁੜੇ ਲੋਕਾਂ ਨੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਦੇ ਜਨਮ ਦਿਹਾੜੇ 'ਤੇ ਚੌਂਕ ਦਾ ਨਾਮ ਬਦਲਣ ਦੀ ਜੁਰਤ ਕੀਤੀ। ਇਸ ਜੁਰਤ ਤੋਂ ਪੈਦਾ ਹੋਇਆ ਵਿਵਾਦ ਅਤੇ ਤਲਵਾਰਾਂ, ਹਥਿਆਰਾਂ, ਇੱਟਾਂ ਰੋੜਿਆਂ ਦੇ ਨਾਲ ਚੱਲੀ ਭਾਈਚਾਰੇ ਦੀ ਜੰਗ। ਸ਼ੁੱਕਰਵਾਰ ਹੋਈ ਘਟਨਾ ਤੋਂ ਬਾਅਦ ਇੰਟਰਨੈਟ ਸੇਵਾਵਾਂ ਬੰਦ ਰਹੀਆਂ, ਪਰ ਅਫਵਾਹਾਂ ਦਾ ਦੌਰ ਜਾਰੀ ਰਿਹਾ। ਇਸੇ ਲਈ ਪੁਲਿਸ ਵੀ ਸਰਗਰਮ ਰਹੀ ਅਤੇ ਸ਼ਹਿਰ ਵਿੱਚ ਫਲੈਗ ਮਾਰਚ ਕੱਢਿਆ ਗਿਆ। ਹੁਣ ਤੱਕ ਹਿੰਸਾ ਫੈਲਾਉਣ ਵਾਲਿਆਂ 'ਚੋਂ ਕਰੀਬ 3 ਦਰਜਨ ਲੋਕਾਂ 'ਤੇ ਬਾਈ ਨੇਮ ਪਰਚਾ ਕੱਟਿਆ ਗਿਆ ਅਤੇ ਕੁਝ ਗ੍ਰਿਫਤਾਰੀਆਂ ਵੀ ਹੋ ਚੁੱਕੀਆਂ ਨੇ। ਫਗਵਾੜਾ ਦੇ ਨਾਲ ਜਲੰਧਰ ਵਿੱਚ ਵੀ ਫਲੈਗ ਮਾਰਚ ਕੱਢਿਆ ਗਿਆ। ਪੁਲਿਸ ਦੇ ਆਲਾ ਅਧਿਕਾਰੀ ਫਲੈਗ ਮਾਰਚ ਦੀ ਅਗਵਾਈ ਕਰਕੇ ਹਾਲਾਤਾਂ 'ਤੇ ਨਜ਼ਰ ਰੱਖਦੇ ਨਜ਼ਰ ਆਏ। ਜਲੰਧਰ ਵਿੱਚ ਵੀ ਇੰਟਰਨੈਟ ਸੇਵਾਵਾਂ 'ਤੇ ਰੋਕ ਲੱਗੀ ਰਹੀ। ਇੱਥੇ ਵੀ ਸ਼ਹਿਰ ਖਾਕੀ ਰੰਗ ਵਿੱਚ ਰੰਗਿਆ ਨਜ਼ਰ ਆਇਆ। ਫਗਵਾੜਾ ਕਾਂਡ ਦੀ ਦਹਿਸ਼ਤ ਦੁਆਬੇ ਦੇ 4 ਜ਼ਿਲ੍ਹਿਆਂ 'ਚ ਰਹੀ। ਜਲੰਧਰ, ਕਪੂਰਥਲਾ, ਹੁਸ਼ਿਆਰਪੁਰ ਅਤੇ ਸ਼ਹੀਦ ਭਗਤ ਸਿੰਘ ਨਗਰ ਵਿੱਚ ਇੰਟਰਨੈਟ ਸੇਵਾਵਾਂ ਠੱਪ ਕਰਨੀਆਂ ਪਈਆਂ। ਜਲੰਧਰ ਤੋਂ ਮਨਵੀਰ ਸੱਭਰਵਾਲ, D5 ਚੈਨਲ ਪੰਜਾਬੀ।